ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਟਾਕਸ ਵਿੱਚ। ਦੋਸਤੋ ਹਾਜ਼ਰ ਹੋਇਆ ਇੱਕ ਨਵੀਂ ਜਾਣਕਾਰੀ ਲੈ ਕੇ, ਇੱਕ ਨਵੀਂ ਵੀਡੀਓ ਲੈ ਕੇ। ਸਕੂਲਾਂ ਕਾਲਜਾਂ 'ਚ ਹੋਈਆਂ ਛੁੱਟੀਆਂ, ਇੰਨੇ ਦਿਨ ਬੰਦ ਰਹਿਣਗੇ ਸਕੂਲ ਕਾਲਜ, ਸਕੂਲ ਦੇ ਬੱਚਿਆਂ ਦੀਆਂ ਲੱਗੀਆਂ ਮੌਜਾਂ ਹੀ ਮੌਜਾਂ। ਦੋਸਤੋ ਕੀ ਹੈ ਪੂਰੀ ਅਪਡੇਟ, ਆਪਾਂ ਜਾਣਾਂਗੇ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ। ਦੋਸਤੋ ਜਾਣਕਾਰੀ ਦੇ ਨਾਲ ਅਸੀਂ ਤੁਹਾਨੂੰ ਸਕਰੀਨ 'ਤੇ ਪੂਰੇ ਸਾਲ 'ਚ ਹੋਣ ਵਾਲੀ ਛੁੱਟੀਆਂ ਦੀ ਲਿਸਟ ਵੀ ਦਿਖਾ ਰਹੇ ਹਾਂ। ਦੋਸਤੋ ਪੰਜਾਬ ਸਰਕਾਰ ਵੱਲੋਂ ਸਾਲ 2024 ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਕੀਤੀਆਂ ਜਾਣ ਵਾਲੀਆਂ ਗਜ਼ਟ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਰਿਸਟ੍ਰਿਕਟਡ ਛੁੱਟੀਆਂ ਦੇ ਅਤੇ ਅੱਧੇ ਦਿਨ ਦੀਆਂ ਛੁੱਟੀਆਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਸਾਲ ਭਰ ਸ਼ਨੀਵਾਰ ਐਤਵਾਰ ਦੀਆਂ ਛੁੱਟੀਆਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ 31 ਦਿਨਾਂ ਤੱਕ ਵੱਖ ਵੱਖ ਤਰ੍ਹਾਂ ਦੀਆਂ ਛੁੱਟੀਆਂ ਕਾਰਨ ਸਟਾਫ ਮੌਜੂਦ ਨਹੀਂ ਰਹੇਗਾ। 6 ਸਰਕਾਰੀ ਗਜ਼ਟ ਛੁੱਟੀਆਂ ਦੇ ਨਾਲ ਅਪ੍ਰੈਲ ਮਹੀਨਾ ਟੌਪ 'ਤੇ ਰਹੇਗਾ, ਜਦਕਿ ਅਕਤੂਬਰ 5 ਛੁੱਟੀਆਂ ਦੇ ਨਾਲ ਦੂਜੇ ਸਥਾਨ 'ਤੇ। ਉੱਥੇ ਹੀ ਮਾਰਚ ਵਿੱਚ 4, ਜੂਨ, ਨਵੰਬਰ ਅਤੇ ਦਸੰਬਰ ਵਿੱਚ 3-3, ਜਨਵਰੀ ਵਿੱਚ 2 ਅਤੇ ਫਰਵਰੀ ਵਿੱਚ ਸਿਰਫ 1 ਛੁੱਟੀ ਹੋਵੇਗੀ। ਸਤੰਬਰ ਅਤੇ ਜੁਲਾਈ ਮਹੀਨੇ ਬਿਨਾਂ ਕਿਸੇ ਗਜ਼ਟ ਛੁੱਟੀ 'ਤੇ ਹੀ ਬੀਤਣਗੇ। ਖਾਸ ਗੱਲ ਇਹ ਹੈ ਕਿ ਸਾਲ 2024 ਵਿੱਚ 8 ਛੁੱਟੀਆਂ ਸ਼ੁੱਕਰਵਾਰ ਦੇ ਦਿਨ ਪੈਣਗੀਆਂ, ਜਿਸ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ 8 ਲੌਂਗ ਵੀਕਐਂਡ ਮਿਲਣਗੇ, ਕਿਉਂਕਿ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਵੀ ਇਸ ਦੇ ਨਾਲ ਹੀ ਹੋਵੇਗੀ। ਉੱਥੇ ਹੀ 31 ਅਕਤੂਬਰ ਵੀਰਵਾਰ ਅਤੇ 1 ਨਵੰਬਰ ਸ਼ੁੱਕਰਵਾਰ ਨੂੰ ਛੁੱਟੀਆਂ ਹੋਣ ਦੇ ਕਾਰਨ ਇਹ ਸਭ ਤੋਂ ਲੌਂਗ ਵੀਕਐਂਡ ਸਥਾਪਿਤ ਹੋਵੇਗਾ। ਉੱਥੇ ਹੀ ਜੇਕਰ 15 ਅਗਸਤ ਦੀ ਵੀਰਵਾਰ ਦੇ ਦਿਨ ਛੁੱਟੀ ਦੇ ਨਾਲ ਜੇਕਰ ਸ਼ੁੱਕਰਵਾਰ ਦੀ ਛੁੱਟੀ ਲਈ ਜਾਵੇ ਤਾਂ ਵੀ ਇਹ ਲੰਬਾ ਵੀਕਐਂਡ ਹੋ ਸਕਦਾ ਹੈ। ਸੋ ਦੋਸਤੋ ਇਹ ਇੱਕ ਜਾਣਕਾਰੀ ਨਿਕਲ ਕੇ ਆਈ ਸੀ 2024 ਦੇ ਵਿੱਚ ਹੋਣ ਵਾਲੀਆਂ ਛੁੱਟੀਆਂ ਨੂੰ ਲੈ ਕੇ। ਇਸ ਤਰ੍ਹਾਂ ਹੋਰ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਸਾਡੇ ਚੈਨਲ ਪੰਜਾਬੀ ਟਾਕਸ ਨਾਲ ਜੁੜੇ ਰਹਿਣਾ। ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਧੰਨਵਾਦ ਜੀ।